ਤੇ ਜੇ ਤੁਹਾਨੂੰ ਮੈਂ ਇੱਕ ਚੋਰ ਫੜਾ ਦਿਆਂ, ਫੜ ਲਓਗੇ? ਆ ਚੋਰ ਆਉਣ ਲੱਗਾ ਜੇ, ਜ਼ਰਾ ਚੋਰ ਮੈਂ ਫੜਾਉਣ ਲੱਗਾ ਤੁਹਾਨੂੰ, ਖਤਮੇ ਨਬੂਵਤ ਦੇ ਅਕੀਦੇ ਦਾ ਚੋਰ। ਆਮ ਰਬਵੇ ਕੇ ਮਰਜ਼ਈ ਹਮਾਰੇ ਜਲਸੇ ਮੇਂ ਆਏ ਔਰ ਹਮ ਮਿਰਜ਼ਾ ਸਾਹਿਬ ਕੇ ਬਾਰੇ ਮੇਂ ਇਹਤਰਾਮ ਰੱਖਤੇ ਹੈ ਕਿ ਵੋ ਰਹਿਬਰ ਹੈ। ਜੋ ਤੁਹਾਡੇ ਅੰਦਰ ਉਭਾਰ ਆਉਂਦਾ ਹੈ, ਅਗਰ ਤੁਸੀਂ ਕਿਸੇ ਨੂੰ ਗਾਲੀ ਦਿਓਗੇ, ਮੈਂ ਇੱਕ ਮੌਲਵੀ ਸਾਹਿਬ ਤਕਰੀਰ ਕਰਦੇ ਸੁਣਨ ਦਿਆਂ ਸਾਂ ਤੇ ਉਹ ਕਹਿ ਰਹੇ ਸੀ ਮਿਰਜ਼ਾ ਕੰਜਰ, ਔਰ ਮੈਂ ਪਿੱਛੇ ਬੈਠ ਕੇ ਪਰੇਸ਼ਾਨ ਹੋ ਰਿਹਾ ਸਾਂ ਕਿ ਕਿਸੇ ਮਜ਼ਹਬ ਦੇ ਬਾਨੀ ਨੂੰ ਜਾਂ ਲੀਡਰ ਨੂੰ ਅਗਰ ਅਸੀਂ ਕੰਜਰ ਕਵਾਂਗੇ ਤੇ ਉਹਦੇ ਸੁਣਨੇ ਵਾਲਿਆਂ ਦੇ ਦਿਲਾਂ ਚ ਸਾਡੀ ਬਾਤ ਨਹੀਂ ਬੈਠ ਸਕਦੀ। ਹੁਣ ਇਹਦੇ ਕੋਲੋਂ ਇਹ ਲਫ਼ਜ਼ ਹੌਲੀ 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 ਮਾਹੌਲ ਬਣਵਾਇਆ ਜਾ ਰਿਹਾ ਹੈ। ਪਿੱਛੇ ਇੰਜੂਸ ਨੇ ਕਿ ਇਸ ਵੇਲੇ ਤੇਰੀ ਮਕਬੂਲੀਅਤ ਸੋਸ਼ਲ ਮੀਡੀਆ ਤੇ ਹੋ ਗਈ ਹੈ, ਤੇਰੀਆਂ ਗੱਲਾਂ ਲੋਕੀ ਮੰਨਦੇ ਨੇ, ਹੌਲੀ ਹੌਲੀ ਲੋਕਾਂ ਦਾ ਜ਼ਿਹਨ ਬਣਾ। ਮੈਂ ਬੈਠਾ ਸਾਂ, ਇੱਕ ਮੌਲੀ ਸਾਹਿਬ ਤਕਰੀਰ ਕਰਨ ਡਏ ਸਨ, ਉਹਨੇ ਆਖਿਆ ਮਿਰਜ਼ਾ ਕੰਜਰ। ਮੈਨੂੰ ਬੜਾ ਪਰੇਸ਼ਾਨ ਹੋ ਗਿਆ, ਲਫ਼ਜ਼ ਸੁਣੇ ਜੇ ਨਾ, ਮੈਂ ਬੜਾ ਉਹ ਤੈਨੂੰ ਪਰੇਸ਼ਾਨੀ ਇਸ ਮਿਰਜ਼ੇ ਤੋਂ ਆਈ ਹੈ? ਕਿਉਂਕਿ ਅਕੀਦਤ ਇਨਸਾਨ ਨੂੰ ਅੰਧਾ ਕਰ ਦਿੰਦੀ ਹੈ। ਕਿਸੇ ਇਨਸਾਨ ਦੀ ਵੀ ਅਕੀਦਤ ਹੋਏ, ਕਿਸੇ ਇਨਸਾਨ ਦੀ ਵੀ ਅਕੀਦਤ ਹੋਏ, ਇੱਥੇ ਬੈਠੇ ਜੇ, ਇੰਨੇ ਬੈਠੇ ਜੇ, ਮੈਂ ਅਗਰ ਤੁਹਾਡੇ ਕਿਸੇ ਜਿਹਨੂੰ ਤੁਸੀਂ ਬਹੁਤਾ ਚਾਹੁੰਦੇ ਹੋ ਉਹਨੂੰ ਗਾਲ ਕੱਢਾਂਗਾ, ਤੁਸੀਂ ਮੈਨੂੰ ਕਦੀ ਵੀ ਨਹੀਂ ਪਿਆਰ ਕਰੋ। ਫਿਰ ਹੈ ਕਿਸੇ ਮਜ਼ਹਬ ਦੇ ਬਾਨੀ ਨੂੰ, ਉਹ ਤੈਨੂੰ ਬੇਵਕੂਫਾਂ ਇਹ ਨਹੀਂ ਪਤਾ ਕਿ ਮਿਰਦਾਈਅਤ ਮਜ਼ਹਬ ਨਹੀਂ। ਸੁਣ ਲਓ, ਮਿਰਦਾਈਅਤ ਮਜ਼ਹਬ ਨਹੀਂ, ਸਿੱਖ ਮਜ਼ਹਬ ਹੈ, ਹਿੰਦੂ ਮਜ਼ਹਬ ਹੈ, ਐਸਾ ਯਹੂਦੀਅਤ ਮਜ਼ਹਬ ਹੈ, ਈਸਾਈ ਮਜ਼ਹਬ ਹੈ, ਲੇਕਿਨ ਮਿਰਦਾਈਅਤ ਕਾਦੀਆਨੀਅਤ ਮਜ਼ਹਬ ਨਹੀਂ। ਇਹ ਕੀ ਹੈ? ਮਿਰਜ਼ਾਈਅਤ ਕਾਦੀਆਨੀਅਤ ਕੀ ਹੈ? ਮਜ਼ਹਬ ਨਹੀਂ, ਇਹ ਇਰਤਦਾਦ ਹੈ। ਕਿਉਂਕਿ ਮਿਰਜ਼ਾ ਪਹਿਲੇ ਮੁਸਲਮਾਨ ਸੀ, ਮੁਸਲਮਾਨ ਤੋਂ ਫਿਰਿਆ। ਜਿਹੜਾ ਇਸਲਾਮ ਦੇ ਤੋਂ ਫਿਰ ਜੇ ਉਹ ਕੀ ਹੁੰਦਾ? ਮੁਰਤਦ। ਮੁਰਤਦ ਮਜ਼ਹਬ ਨਹੀਂ ਹੁੰਦਾ। ਆਮ ਰਬਵੇ ਕੇ ਮਰਜ਼ਈ ਹਮਾਰੇ ਜਲਸੇ ਮੇਂ ਆਏ ਔਰ ਹਮ ਮਿਰਜ਼ਾ ਸਾਹਿਬ ਕੇ ਬਾਰੇ ਮੇਂ ਇਹਤਰਾਮ ਰੱਖਤੇ ਹੈ ਕਿ ਵੋ ਰਹਿਬਰ ਹੈ। ਇੱਕ ਭਾਂਡ ਗੰਜਰ ਔਰ ਕੁੱਤੀ ਕਾ ਬੱਚਾ ਨਾਸਿਰ ਮਦਨੀ। ਕਈ ਬੜੇ ਬੜੇ ਖਤਮੇ ਨਬੂਵਤ ਦੇ ਬਾਰੇ ਬੋਲੀਆਂ ਬੋਲੀਆਂ ਗੱਲਾਂ, ਆਰ ਪਾਰ ਦੀਆਂ ਗੱਲਾਂ, ਸਜੀਆਂ ਖਬੀਆਂ ਗੱਲਾਂ ਕਰਦੇ ਫਿਰਦੇ ਨੇ। ਤਮਾਮ ਰਬਵੇ ਕੇ ਮਰਜ਼ਈ ਹਮਾਰੇ ਜਲਸੇ ਮੇਂ ਆਏ ਔਰ ਹਮ ਮਿਰਜ਼ਾ ਸਾਹਿਬ ਕੇ ਬਾਰੇ ਮੇਂ ਇਹਤਰਾਮ ਰੱਖਤੇ ਹੈ ਕਿ ਵੋ ਰਹਿਬਰ ਹੈ ਉਨਕੇ। ਔਰ ਜਨਾਬ ਆਪਣਾ ਬੇੜਾ ਗਰਕ ਕਰਦੇ ਫਿਰਦੇ ਨੇ, ਆਪਣਾ ਇਮਾਨ ਤਬਾਹ ਕਰਦੇ ਫਿਰਦੇ ਨੇ, ਔਰ ਖਤਮੇ ਨਬੂਵਤ ਦੇ ਮੁਨਕਰਾਂ ਦੀ ਮੇਰੇ ਦੋਸਤੋ ਹਮਾਇਤ ਕਰਦੇ ਫਿਰਦੇ ਨੇ। ਸੁਣੋ, ਮੈਂ ਇਸ ਬਾਤ ਦਾ ਐਲਾਨ ਕਰ ਰਿਹਾ ਵਾਂ ਮੇਰੇ ਦੋਸਤੋ, ਅਸੀਂ ਖਤਮੇ ਨਬੂਵਤ ਦੇ ਪਾਸਬਾਨ ਆ, ਤਾਜਦਾਰੇ ਖਤਮੇ ਨਬੂਵਤ ਸੱਲੱਲਾਹੁ ਅਲੈਹਿ ਵਸੱਲਮ ਤੋਂ ਸਾਡੀ ਜਾਨ ਕੁਰਬਾਨ ਏ। ਅਸੀਂ ਸਾਰੇ ਦੇ ਸਾਰੇ ਖਤਮੇ ਨਬੂਵਤ ਦੀ ਚੌਕਠ ਦੇ ਚੌਕੀਦਾਰ ਆ, ਸੋਹਣੇ ਦੀ ਖਤਮੇ ਨਬੂਵਤ ਦੇ ਪਹਿਰੇਦਾਰ ਆ। ਇਨਸ਼ਾਅੱਲਾ ਸਾਰੇ ਮਿਲ ਕੇ ਆਖੋ ਇਨਸ਼ਾਅੱਲਾ।